ਰਾਜਨ ਕੁਮਾਰ ਸਨ ਆਫ ਗੁਰਸ਼ਰਨ ਸਿੰਘ ਪਿੰਡ ਕਾਂਗੜ ਤੋਂ ਅਤੇ ਮੈਨੂੰ ਹਾਰਟ ਦੀ ਪ੍ਰੋਬਲਮ ਸੀਗੀ ਲੁਧਿਆਣਾ ਦੇ ਇੱਕ ਹੋਸਪਿਟਲ ਵਿੱਚ ਦਾਖਲ ਹੋਇਆ ਸੀਗਾ ਉੱਥੇ ਮਤਲਬ ਮੈਨੂੰ ਉਹਨਾਂ ਨੇ 3,10,000 ਰੁਪਏ ਆਪਰੇਸ਼ਨ ਵਾਸਤੇ ਦੱਸ ਦਿੱਤਾ ਅਤੇ ਜਿਹੜਾ ਮੇਰੇ ਖਰਚਣ ਦੇ ਲਾਇਕ ਨਹੀਂ ਸੀ ਇਸ ਕਰਕੇ ਮੈਂ ਆਪਣੇ ਪ੍ਰਧਾਨ ਬਿੱਟੂ ਕੁਮਾਰ ਜੀ ਨੂੰ ਬੋਲਿਆ ਕਿ ਕੁਛ ਨਾ ਕੁਛ ਮਦਦ ਕਰੋ ਸ਼੍ਰੀ ਮੁਕੇਸ਼ ਮੋਦੀ ਜੀ ਨੂੰ ਕਹਿ ਕੇ ਮਤਲਬ ਮੇਰੇ ਵਾਸਤੇ 3,10,000 ਰੁਪਇਆ ਜਿਹੜਾ ਕਿ ਡਾਕਟਰਾਂ ਨੇ ਖਰਚਾ ਦੱਸਿਆ ਤਾ ਇਸ ਪੇਸ਼ੈਂਟ ਦਾ ਉਹ ਮੈਂ ਇਹਨਾਂ ਨੇ ਮੈਨੂੰ 15 ਦਿਨ ਦੇ ਅੰਦਰ ਪਾਸ ਕਰਵਾ ਦਿੱਤੇ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਕਰਦਾ ਕਿ ਇਹਨਾਂ ਨੇ ਮੈਨੂੰ 15 ਦਿਨ ਦੇ ਵਿੱਚ ਇੰਨੇ ਪੈਸੇ ਦਾ ਇੰਤਜ਼ਾਮ ਕਰਕੇ ਦਿੱਤਾ ਸਾਡੇ ਪਿੰਡ ਵਾਸਤੇ ਮੈਨੂੰ ਬਹੁਤ ਕੁਛ ਕੀਤਾ ਹੈ ਜਿੱਦਾਂ ਕਿ ਉੱਪਰ ਤਲਾਬ ਬਣਾਇਆ ਹੈ ਬਹੁਤ ਵਧੀਆ ਹੈ ਸਾਰਿਆਂ ਨੂੰ ਦੇਖਣ ਨੂੰ ਵੀ ਚੰਗਾ ਲੱਗਦਾ ਜੀ ਸਭ ਅਤੇ ਇੱਕ ਵਾਟਰ ਸਪਲਾਈ ਵਾਸਤੇ ਸਾਡੇ ਉਹਨਾਂ ਨੇ ਬਣਾਈ ਦਿੱਤੀ ਸਕੀਮ ਕਰਨ ਅਤੇ ਉਹਦੇ ਪਰ ਟੈਂਕੀ ਬਣਾਈ ਹੈ ਅਤੇ ਪਾਣੀ ਦੀ ਸਮੱਸਿਆ ਵੀ ਲੋਕਾਂ ਦੀ ਪਿੰਡ ਦੀਆਂ ਖਤਮ ਹੋ ਜਾਣਗੀਆਂ ਫਿਰ ਇਸ ਕਰਕੇ ਇਲਾਕੇ ਦੀ ਉਹਦੇ ਵਾਸਤੇ ਚੰਗੇ ਲੀਡਰ ਪਹਿਲੀ ਫਰੀ ਹੋਏ ਖਾਂਡੇ ਦੇ ਵਿੱਚ